वैसे क्योंकि ना मैं तुसी सारे जानते हो कदे बिलो दा बेल्ट मैं पॉलिटिक्स कदे कीती नहीं ते मैं जेडे वड्डे लीडर है मैं उन्हां तो उम्मीद भी नहीं करता पर जेड़ा तुसी सारे इत्थे बहुते थोड़े चो अमृतसर दे रहण वाले हैगे देखो मैं सारिआं नूं पहली गल तां इह आ कि कुलचा जेड़ा ना मैं बड़ा शकीन है कुलचिआं दा कुलचा लैण वाले जिन्हां दा जिक्र कीता गया वह मैं जदों MLA भी नहीं सी उदों भी उन्हां दे खांदा सी फिर मैं MLA बणिआ उदों भी खांदा रिहा ते फिर जदों मैं मंत्री बणिआ उदों बाद ही मैं तीन चार वार उन्हां दे खा के जिहड़ा उह आया ते कुलचा खाण वाले नूं इह पता हुंदा स्वाद क्योंकि मेरा VC साहब नाल बड़ा प्यार है जिहड़े GNDU वाले आ उह कई वार कहिंदे आ वी मीत जी तुहानूं इत्थे मंगवा दिंदे आ मैं कहिंदा जी जिहड़ा उत्थे बहि के खाण दा स्वाद आउंदा ना उह उत्थे ही है ते अमृतसर वाले नूं पता है ਮਜੀਠੀਆ ਸਾਹਿਬ ਨੂੰ ਹੋ ਸਕਦਾ ਨਾ ਪਤਾ ਹੋਵੇ ਤੁਸੀਂ ਪੁੱਛ ਲਿਓ ਜਾ ਕੇ ਵੀ ਕੁਲਚਾ ਲੈਣ ਤੇ ਕਦੇ ਆਇਆ ਕਿ ਨਹੀਂ ਸੋ ਮੈਂ ਜੋ ਉਹਨਾਂ ਨੇ ਕਿਹਾ ਕਿ ਜੀ ਹੋਟਲ ਦੇ ਕਮਰੇ 'ਚ ਕਿਉਂਕਿ ਨਾ ਉਹ ਇੱਕ ਕੋਈ ਪੱਤਰਕਾਰ ਹੈ ਦੇਖੋ ਪੱਤਰਕਾਰ ਜਿਹੜਾ ਆ ਅਸੀਂ ਬੜਾ ਸਤਿਕਾਰ ਕਰਦੇ ਹਾਂ ਪਰ ਜਿਹੜੇ ਇਸ ਤਰ੍ਹਾਂ ਦੀ ਪੱਤਰਕਾਰੀ ਕਰਦੇ ਆ ਇਹ ਮਤਲਬ ਕਿ ਬੜਾ ਮੰਦਭਾਗ ਹੈ ਇੱਕ ਮਨਘੜਤ ਕਹਾਣੀ ਪਤਾ ਨਹੀਂ ਕਿੱਥੋਂ ਨੇ ਲੈ ਕੇ ਆਉਂਦੀ ਕਿ ਜੀ ਹੋਟਲ ਦੇ ਰੂਮ 'ਚ ਉੱਥੇ ਪਹਿਲਾਂ ਗਏ ਜੀ ਮੰਤਰੀ ਸਾਹਿਬ ਤਿੰਨੋਂ ਉੱਥੇ ਉਹਨਾਂ ਨੂੰ ਕੁਲਚਾ ਲੈਣ ਦੇ ਉੱਥੇ ਕਹਿੰਦੇ ਵੀ ਅਸੀਂ ਲੋਕਾਂ 'ਚ ਖੜ ਕੇ ਥੋੜ੍ਹੀ ਖਾਵਾਂਗੇ ਅਸੀਂ ਹੋਟਲ ਦੇ ਕਮਰੇ 'ਚ ਮੰਗਾਵਾਂਗੇ ਉੱਥੇ ਕੁਲਚੇ ਮੰਗਵਾਏ ਪਤਾ ਨਹੀਂ ਕੀ ਕੀ ਮੈਂ ਇੱਕ ਮਿੰਟ ਮੈਂ ਤੁਸੀਂ ਸਾਰੇ ਇੱਥੇ ਹੋ ਅੰਮ੍ਰਿਤਸਰ 'ਚੋਂ ਮੈਂ ਇੱਕ ਗੱਲ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਕਹਿਣਾ ਇਹ ਗੱਲ ਪ੍ਰੂਵ ਕਰ ਦੇਣ ਵੀ ਅਸੀਂ ਹੋਟਲ ਦੇ ਕਮਰੇ 'ਚ ਬੈਠ ਕੇ ਕੁਲਚੇ ਖਾਧੇ ਆ ਮੈਂ ਰਾਜਨੀਤੀ ਛੱਡੂੰਗਾ ਨਹੀਂ ਬਿਕਰਮ ਮਜੀਠੀਆ ਅਤੇ ਉਹ ਜਿਹੜਾ ਇੱਕ ਪੱਤਰਕਾਰ ਉਹ ਮਾਫ਼ੀ ਮੰਗੇ ਤੇ ਜਵਾਬ ਦੇਵੇ ਵੀ ਇਹ ਤੁਸੀਂ ਮਨਘੜਤ ਕਹਾਣੀ ਫਿਲਮ ਵਾਲੀ ਇਹ ਜਿਹੜੀ ਕਿੱਥੋਂ ਬਣਾਈ ਕਿੱਥੇ ਮਤਲਬ ਕਿ ਤੁਹਾਡੇ ਇੱਕ ਮਿੰਟ ਤੁਹਾਡੇ ਕੋਲੇ ਕੋਈ ਮੁੱਦਾ ਨਹੀਂ ਅਸੀਂ 5 ਸਾਲ ਆਪੋਜੀਸ਼ਨ 'ਚ ਰਹੇ ਹਾਂ ਕਦੇ ਏਦਾਂ ਦੀ ਘਟੀਆ ਰਾਜਨੀਤੀ ਨਹੀਂ ਕੀਤੀ ਵੀ ਤੁਸੀਂ ਮਨਘੜਤ ਕਹਾਣੀਆਂ ਜੋ ਅਸੀਂ ਮੁੱਦੇ ਉਠਾਏ ਅਸੀਂ ਮੁੱਦੇ ਉਠਾਉਂਦੇ ਸੀ ਕਿਤੇ ਕੋਈ ਗੈਰ ਕਾਨੂੰਨੀ ਕੰਮ ਹੁੰਦਾ ਕਿਤੇ ਕੋਈ ਘਪਲਾ ਹੋਇਆ।